ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਯੂਟਿਊਬ ਚੈਨਲ ਟਰੈਕਟਰ ਬਾਜ਼ਾਰ 2 ਦੇ ਉੱਪਰ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਨੇ, ਨਵੇਂ ਆਏ ਨੇ, ਬੇਨਤੀ ਇਹ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਣੇ ਜ਼ਰੂਰ ਕਰਿਓ ਜੀ। ਲਾਲ ਰੰਗ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਆ ਤੁਹਾਨੂੰ ਵੀਡੀਓ ਦੇ ਵਿੱਚ ਥੱਲੇ ਸ਼ੋ ਹੁੰਦਾ ਪਿਆ ਹੋਊ, ਉਹਨੂੰ ਕਲਿੱਕ ਕਰਕੇ ਅਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ 'ਤੇ ਸੈੱਟ ਜ਼ਰੂਰ ਕਰਿਓ ਤਾਂ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਪਤਾ ਲੱਗ ਜੇ। ਸਭ ਤੋਂ ਪਹਿਲਾਂ ਟਰੈਕਟਰ ਆ ਜਾਂਦਾ ਜੀ ਸਵਰਾਜ 855, ਜਿਹੜਾ ਮਾਲਕ ਵੀਰਾਂ ਵੱਲੋਂ ਬੁਕਾਊ ਕੀਤਾ ਗਿਆ ਜੀ। 19 ਮਾਡਲ 855 ਜੀ, ਇਹ 2019 ਮਾਡਲ ਆ, ਪੂਰਾ ਸਾਫ਼ ਆ ਅਤੇ IPTO ਕਲੱਚ ਆ ਅਤੇ ਮਾਨਸਾ ਏਰੀਏ ਵਿਖੇ ਜਿਹੜਾ ਟਰੈਕਟਰ ਖੜ੍ਹਾ ਹੋਇਆ ਵਾ। 75 ਪੈਸੇ ਨਾਲ ਦੇ ਟਾਇਰ ਨੇ, ਬਾਕੀ ਵੇਖ ਸਕਦੇ ਹੋ ਹਾਲਤ ਦਾ ਪੂਰਾ ਵਧੀਆ ਜੀ। 6,35,000 ਰੁਪਈਏ ਦਾ ਮੁੱਲ ਕਰਦੇ ਪਏ ਆ, ਬਾਕੀ ਆਉਂਦੇ ਸੀ ਮੌਕੇ ਦੇ ਉੱਤੇ ਘੱਟ ਵੱਧ ਕਰ ਲਾਂਗੇ, ਥੋੜ੍ਹਾ ਬਹੁਤਾ ਲੈਸ ਹੋ ਜੂਗਾ, ਮੌਕੇ ਦੇ ਉੱਤੇ ਲੈਸ ਕੀਤਾ ਜਾਊਗਾ। ਮਾਲਕ ਵੀਰਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਦਿੱਤੇ ਜਾ ਰਹੇ ਨੇ, ਫੋਨ ਲਾ ਕੇ ਮਾਲਕ ਵੀਰਾਂ ਦੇ ਨਾਲ ਗੱਲਬਾਤ ਕਰਨੀ ਹੋਵੇ ਤੁਸੀਂ ਗੱਲਬਾਤ ਕਰ ਸਕਦੇ ਹੋ, ਸੌਦਾ ਕਰਨਾ ਹੋਵੇ ਫੋਨ ਦੇ ਉੱਪਰ ਤੁਸੀਂ ਸੌਦਾ ਜਿਹੜਾ ਕਰ ਸਕਦੇ ਹੋ। ਅੱਗੇ ਆ ਜਾਂਦਾ ਜੀ HMT 6911 ਬਕਾਊ ਕੀਤਾ ਗਿਆ ਜੀ, 1986 ਮਾਡਲ 6911 ਜੀ, DI ਹੋਇਆ ਵਾ ਅਤੇ ਮਰੇਲਕੋਟਲਾ ਏਰੀਏ ਵਿਖੇ ਜਿਹੜਾ ਟਰੈਕਟਰ ਖੜ੍ਹਾ ਹੋਇਆ ਵਾ, ਹਾਲਤ ਦਾ ਪੂਰਾ ਚੰਗਾ ਪਿਆ ਹੋਇਆ, ਕੰਮ ਕੋਈ ਨਹੀਂ ਭਾਲਦਾ ਗਾ, ਵਾਹ ਕੇ ਚਲਾ ਕੇ ਚੈੱਕ ਕਰਕੇ ਦੇਣ ਦੀ ਜਿਹੜੀ ਗਰੰਟੀ ਆ ਮਾਲਕ ਵੀਰਾਂ ਵੱਲੋਂ ਦਿੱਤੀ ਜਾ ਰਹੀ ਆ ਜਿਹੜੀ। ਹਾਲਤ ਦਾ ਪੂਰਾ ਸਾਫ਼ ਪਿਆ ਹੋਇਆ ਵਾ, ਜਦੋਂ ਮਰਜ਼ੀ ਜਾ ਕੇ ਤੁਸੀਂ ਸੌਦਾ ਕਰ ਸਕਦੇ ਹੋ, ਵਾਹ ਕੇ ਚਲਾ ਕੇ ਦੇ ਦੇਣਗੇ। ਰੇਟ ਆ ਜਿਹੜਾ ਟਰੈਕਟਰ ਦਾ ਉਹ ਵੀ ਪੂਰਾ ਜਾਇਜ਼ ਰੇਟ ਆ, ਕੋਈ ਵੱਧ ਨਹੀਂ ਗਾ, ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣਾ ਵਾ। 1,90,000 ਰੁਪਈਆ ਜਾਣੀ ਕਿ ਇਹਦਾ ਜਿਹੜਾ ਮੁੱਲ ਕਰਦੇ ਪਏ ਆ, ਅਤੇ ਬਾਕੀ ਤੁਸੀਂ ਫੋਨ ਲਾ ਕੇ ਬਾਈਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਸੌਦਾ ਕਰ ਸਕਦੇ ਹੋ ਜਿਨ੍ਹਾਂ ਨੇ ਲੈਣਾ ਹੋਵੇ, ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ। ਅੱਗੇ ਆ ਜਾਂਦਾ ਜੀ ਸੋਨਾਲੀਕਾ DI 60 ਸਿਕੰਦਰ ਮਾਡਲ ਟਰੈਕਟਰ ਆ ਜੀ, 2018 ਮਾਡਲ, 18 ਮਾਡਲ ਆ, ਨਾਲ ਦੇ ਟਾਇਰ ਆ 90 ਪੈਸੇ, ਫਸਟ ਪਾਰਟੀ ਦੇ ਨਾਂ ਜੀ, ਹਰਿਆਣਾ ਨੰਬਰ ਆ, NOC ਮਿਲ ਜੂਗੀ, NOC ਮਿਲ ਜੂਗੀ, ਫੋਨ ਨੰਬਰ ਬਾਈਆਂ ਦਾ ਅੱਗੇ ਜਾ ਕੇ ਜਿਹੜੇ ਦਿੱਤੇ ਹੋਣਗੇ। ਇੰਜਨ ਗੇਅਰ ਲੈਫਟ ਮਗਰਲੇ ਹਿੱਸੇ ਦਾ ਪੂਰਾ ਓਕੇ ਪਿਆ ਹੋਇਆ ਜੀ, ਆਹ ਤੁਸੀਂ ਮਗਰਲੇ ਹਿੱਸੇ ਦੀਆਂ ਫੋਟੋਆਂ ਵੇਖ ਸਕਦੇ ਹੋ ਜੀ। ਸਾਫ਼ ਰੰਗ ਦੇ ਵਿੱਚ ਆ, ਸੰਗਰੂਰ ਏਰੀਏ ਵਿਖੇ ਟਰੈਕਟਰ ਖੜ੍ਹਾ ਹੋਇਆ ਵਾ, 5,90,000 ਰੁਪਈਆ ਟਰੈਕਟਰ ਦਾ ਮੁੱਲ ਕਰਦੇ ਪਏ ਆ, ਬਾਕੀ ਮੌਕੇ ਦੇ ਉੱਤੇ ਘੱਟ ਹੋ ਜੂਗਾ, ਥੋੜ੍ਹਾ ਬਹੁਤਾ ਮੌਕੇ ਦੇ ਉੱਤੇ ਲੈਸ ਕੀਤਾ ਜਾਊਗਾ। ਮਾਲਕ ਵੀਰਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਦੇ ਰਹੇ ਹਾਂ, ਅਤੇ ਫੋਨ ਲਾ ਕੇ ਬਾਈਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਸੌਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਇਹ ਟਰੈਕਟਰ ਵਧੀਆ ਲੱਗਦਾ ਹੋਵੇ। ਜਿਹੜੇ ਵੀਰ ਭਾਈ ਸੱਜਣ ਮਿੱਤਰ ਇਹਨੂੰ ਖਰੀਦਣਾ ਚਾਹੁੰਦੇ ਹੋਣ ਟਰੈਕਟਰ ਨੂੰ ਖਰੀਦ ਸਕਦੇ ਨੇ। ਅੱਗੇ ਆ ਜਾਂਦਾ ਜੀ ਅਰਜਨ ਟਰੈਕਟਰ ਵਿਕਾਊ ਆ ਜੀ, ਵੇਖ ਸਕਦੇ ਹੋ ਅਰਜਨ ਟਰੈਕਟਰ ਵਿਕਾਊ ਕੀਤਾ ਗਿਆ ਜੀ, 2009 ਮਾਡਲ, 2009 ਮਾਡਲ ਹੈ ਜੀ, ਸਾਰਾ ਓਰਿਜਨਲ ਆ, ਪੂਰਾ ਚੰਗਾ ਟਰੈਕਟਰ ਪਿਆ ਹੋਇਆ, ਟਾਇਰ ਹੈਗੇ 70 ਪੈਸੇ ਟਰੈਕਟਰ ਦੇ, ਪੰਜਾਬ ਨੰਬਰ ਆ, ਟਾਇਰ ਹੈਗੇ 70 ਪੈਸੇ, ਬਰਨਾਲਾ ਏਰੀਏ ਵਿਖੇ ਟਰੈਕਟਰ ਖੜ੍ਹਾ ਹੋਇਆ ਵਾ, ਬਾਕੀ ਮੌਕੇ ਦੇ ਉੱਤੇ ਘੱਟ ਵੱਧ ਕੀਤਾ ਜਾਊਗਾ, ਟਰੈਕਟਰ ਦੇ ਰੇਟ ਦੇ ਵਿੱਚੋਂ ਲੈਸ ਹੋ ਜੂਗਾ, ਲੈਸ ਜਿਹੜਾ ਕੀਤਾ ਜਾਊਗਾ ਰੇਟ ਦੇ ਵਿੱਚੋਂ। ਬਰਨਾਲਾ ਏਰੀਆ ਜੀ ਜਿੱਥੇ ਟਰੈਕਟਰ ਖੜ੍ਹਾ ਹੋਇਆ ਵਾ, 3,60,000 ਰੁਪਈਆ ਜਿਹੜਾ ਟਰੈਕਟਰ ਦਾ ਰੇਟ ਮੰਗਿਆ ਜਾ ਰਿਹਾ, ਬਾਕੀ ਮੌਕੇ ਦੇ ਉੱਤੇ ਘੱਟ ਵੱਧ ਹੋ ਜੂਗਾ ਰੇਟ ਦੇ ਵਿੱਚੋਂ, ਲੈਸ ਕੀਤਾ ਜਾਊਗਾ। ਮਾਲਕ ਵੀਰਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਆਪਾਂ ਦੇ ਰਹੇ ਹਾਂ, ਫੋਨ ਲਾ ਕੇ ਜਿਹੜਾ ਤੁਸੀਂ ਮਾਲਕ ਵੀਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਸੌਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਟਰੈਕਟਰ ਵਧੀਆ ਲੱਗਦਾ ਹੋਵੇ। ਜਿਹੜੇ ਵੀਰ ਭਾਈ ਸੱਜਣ ਮਿੱਤਰ ਇਹ ਟਰੈਕਟਰ ਖਰੀਦਣਾ ਚਾਹੁੰਦੇ ਹੋਣ ਖਰੀਦ ਸਕਦੇ ਨੇ। ਮਾਲਕ ਵੀਰਾਂ ਦੇ ਸੰਪਰਕ ਦੇ ਨੰਬਰ ਨੇ ਜਿਹੜੇ ਦੇ ਰਹੇ ਹਾਂ ਵੀਡੀਓ ਦੇ ਵਿੱਚ। ਅੱਗੇ ਆ ਜਾਂਦਾ ਜੀ ਸੋਨਾਲੀਕਾ ਟਰੈਕਟਰ ਵਿਕਾਊ ਆ, ਇਹ ਹੈਗਾ ਜੀ ਸੋਨਾਲੀਕਾ ਮਾਈਲੇਜ ਮਾਸਟਰ ਸੁਪਰ, MM ਸੁਪਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, 60 DI ਆ ਜੀ ਸੋਨਾਲੀਕਾ, 60 DI ਮਾਈਲੇਜ ਮਾਸਟਰ ਸੁਪਰ, ਅਤੇ ਇਹ ਹੁੰਦਾ ਜੀ 55 ਹਾਰਸ ਪਾਵਰ ਦਾ, ਅਤੇ 3 ਸਿਲੰਡਰ ਹੁੰਦੇ ਆ, ਇਹਦੇ 3 ਸਿਲੰਡਰ ਇੰਜਨ ਹੁੰਦਾ ਵਾ, 2016 ਮਾਡਲ ਆ, ਅਤੇ ਨਾਲ ਦੇ ਟਾਇਰ ਆ ਜੀ 60 ਪੈਸੇ, ਸਾਈਡ ਗੇਅਰ ਆ, ਪਾਵਰ ਸਟੀਅਰਿੰਗ ਆ, ਅਤੇ ਵੈਸਟ ਬੰਗਾਲ ਦਾ ਜਿਹੜਾ ਨੰਬਰ ਆ, ਬਾਂਗਲਾਦੇਸ਼ ਦਾ ਨੰਬਰ ਆ,
ਤੇ ਜਾਇਜ਼ ਜਿਹੇ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗਾ। ਇਹ ਐਂ ਹੁੰਦੇ ਆ ਵੀ ਇਹ ਨੰਬਰ ਨਾ ਨਹੀਂ ਹੁੰਦੇ ਕਿ ਟਰੈਕਟਰ ਪੰਜਾਬ ਦੇ ਵਿੱਚ, ਅਤੇ ਇੱਕ ਐਂ ਆ ਵੀ ਜਿਨ੍ਹਾਂ ਨੇ ਵਾਹੁਣ ਵੂਹਣ ਨੂੰ ਲੈਣਾ ਵਾ ਉਹਨਾਂ ਵਾਸਤੇ ਵਧੀਆ ਵਾ, ਜਿਨ੍ਹਾਂ ਨੇ ਵੇਚਣਾ ਉਹਨਾਂ ਵਾਸਤੇ ਥੋੜ੍ਹਾ ਜਿਹਾ ਯਾਨੀ ਕਿ ਕੰਮ ਖਰਾਬ ਹੋ ਜਾਂਦਾ ਕਿਉਂਕਿ ਅੜ ਜਾਂਦੇ ਇਹੋ ਜਿਹੇ ਟਰੈਕਟਰ। 2016 ਮਾਡਲ ਨਾਲ ਤੁਹਾਨੂੰ 290 ਰੇਟ ਮੰਗਦੇ ਪਏ ਆ, ਅਤੇ ਵੇਖ ਲਓ ਜਾਇਜ਼ ਜਿਹਾ ਰੇਟ ਆ, ਕੋਈ ਬਾਹਲਾ ਨਹੀਂ ਗਾ। 55 ਹਾਰਸ ਪਾਵਰ ਦਾ ਟਰੈਕਟਰ ਆ, ਉਹ ਵੀ 16 ਮਾਡਲ, ਇੰਨੇ ਘੱਟ ਰੇਟ ਦੇ ਵਿੱਚ ਨਹੀਂ ਮਿਲਦੇ ਨੀਗੇ ਇਹ, ਬਈ ਬਾਂਗਲਾਦੇਸ਼ ਦਾ ਨੰਬਰ ਹੋਣ ਕਰਕੇ ਤਾਂ ਮਿਲ ਜਾਂਦੇ ਆ। ਅੱਗੇ ਆ ਜਾਂਦਾ ਜੀ ਮਹਿੰਦਰਾ 275 DI ਟਰੈਕਟਰ, ਵੇਖ ਸਕਦੇ ਹੋ 2004 ਮਾਡਲ ਆ। ਅਗਲੇ ਟਾਇਰ ਹੈਗੇ 60 ਪੈਸੇ, ਪਿਛਲੇ ਹੈਗੇ 40-45 ਪੈਸੇ। ਰਾਜਸਥਾਨ ਦਾ ਨੰਬਰ ਆ ਟਰੈਕਟਰ ਦਾ, RJ ਨੰਬਰ ਆ, ਅਤੇ ਮੂਨ ਕੇਰਗੇ ਵੇਖ ਖੜ੍ਹਾ ਹੋਇਆ ਜੀ, ਮੂਨ ਕੇਰਗੇ ਵੇਖ ਖੜ੍ਹਾ ਹੋਇਆ ਟਰੈਕਟਰ। ਰੇਟ ਹੈਗਾ 1-45, ਜਿਹੜਾ ਮਾਲਕੀਰਾਂ ਵੱਲੋਂ ਮੰਗਿਆ ਗਿਆ ਵਾ। ਅਤੇ ਜਿਨ੍ਹਾਂ ਵੀਰਾਂ ਨੇ ਫੋਨ ਲਾ ਟਰੈਕਟਰ ਲੈਣਾ ਹੋਵੇ, ਫੋਨ ਲਾ ਕੇ ਮਾਲਕ ਵੀਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਸੌਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ। ਜਿਹੜੇ ਵੀਰ ਖਰੀਦਣਾ ਚਾਹੁੰਦੇ ਹੋਣ, ਟਰੈਕਟਰ ਸਾਫ਼ ਪਿਆ ਹੋਇਆ ਵਾ, ਕੰਮ ਵਗੈਰਾ ਕੋਈ ਨਹੀਂ ਭਾਲਦਾ ਗਾ, ਗਰੰਟੀ ਪੂਰੀ ਆ ਮਾਲਕ ਵੀਰਾਂ ਵੱਲੋਂ। ਅੱਗੇ ਆ ਜਾਂਦਾ ਜੀ ਮਹਿੰਦਰਾ ਟਰੈਕਟਰ 275 DI, ਸਾਫ਼ ਟਰੈਕਟਰ ਜਿਹੜਾ ਪਿਆ ਹੋਇਆ ਜੀ ਮਹਿੰਦਰਾ 275, 1997 ਮਾਡਲ ਟਰੈਕਟਰ ਆ, ਪੰਜਾਬ ਨੰਬਰ ਆ, ਫਸਟ ਪਾਲਟੀ ਨਾ ਜੀ, ਨਵੇਂ ਟਾਇਰ ਨੇ ਮਗਰਲੇ, ਅਤੇ ਮੂਹਰਲੇ ਬੰਦਾ ਦਾ ਵੀ ਯਾਨੀ ਕਿ ਖਤਮ ਜਿਹੀ ਆ, ਅਤੇ ਮਗਰਲੇ ਯਾਨੀ ਕਿ ਨਵੇਂ ਲੱਗਦੇ ਵੀ ਇਹ ਦੂਰੋਂ ਵੇਖਣ ਨੂੰ, ਬਾਕੀ ਉੱਥੇ ਤੁਸੀਂ ਜਾ ਕੇ ਵੇਖ ਸਕਦੇ ਹੋ। ਰੇਟ ਹੈਗਾ ਜੀ 1,75,000 ਰੁਪਈਆ, ਰੇਟ 1,75 ਹੈ ਜੀ। ਜਿਨ੍ਹਾਂ ਨੇ ਖਰੀਦਣਾ ਹੋਵੇ ਮਾਲਕ ਵੀਰਾਂ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰ ਸਕਦੇ ਹੋ। ਆਹ ਬਾਈਆਂ ਨੇ ਨੰਬਰ ਨੇ, ਇਹਨਾਂ ਨੰਬਰਾਂ 'ਤੇ ਫੋਨ ਲਾ ਕੇ ਟਰੈਕਟਰ ਦਾ ਤੁਸੀਂ ਸੌਦਾ ਕਰ ਸਕਦੇ ਹੋ, ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ। ਜਿਹੜੇ ਵੀਰ ਭਾਈ ਸੱਜਣ ਮਿੱਤਰ ਖਰੀਦਣਾ ਚਾਹੁੰਦੇ ਹੋਣ ਖਰੀਦ ਸਕਦੇ ਨੇ। ਬਾਕੀ ਚੱਲਦੀ ਵੀਡੀਓ ਲਾਈਕ ਕਰ ਦਿਓ, ਸ਼ੇਅਰ ਸਾਰੇ ਜਣੇ ਜ਼ਰੂਰ ਕਰਿਓ। ਅੱਗੇ ਆ ਜਾਂਦਾ ਜੀ ਪ੍ਰੀਤ ਟਰੈਕਟਰ, ਤੁਸੀਂ ਵੇਖ ਸਕਦੇ 60-59 ਪ੍ਰੀਤ ਜਿਹੜਾ ਬਿਕਾਊ ਕੀਤਾ ਗਿਆ ਜੀ। 2013 ਮਾਡਲ, 2013 ਮਾਡਲ ਆ ਜੀ, ਡਬਲ PTO, ਅਤੇ ਟਾਇਰ ਹੈਗੇ 90 ਪੈਸੇ, ਅਤੇ ਮੋਗਾ ਏਰੀਏ ਵਿਖੇ ਟਰੈਕਟਰ ਖੜ੍ਹਾ ਵਾ, ਨਵੇਂ ਜੀ ਟਾਇਰ ਨੇ, ਅਤੇ 3.5 ਲੱਖ ਰੁਪਈਏ ਜਿਹੜਾ ਇਹਦਾ ਮੁੱਲ ਮੰਗਦੇ ਪਏ ਆ। ਬਾਕੀ ਮੌਕੇ ਦੇ ਉੱਤੇ ਘੱਟ ਹੋ ਜੂਗਾ, ਮਾਲਕ ਵੀਰਾਂ ਦੇ ਨੰਬਰ ਨੇ ਜਿਹੜੇ ਸੰਪਰਕ ਦੇ ਵੀਡੀਓ ਦੇ ਵਿੱਚ ਆਪਾਂ ਦੇ ਰਹੇ ਹਾਂ। ਫੋਨ ਲਾ ਕੇ ਬਾਈਆਂ ਦੇ ਨਾਲ ਗੱਲਬਾਤ ਕਰਕੇ ਟਰੈਕਟਰ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ, ਸੌਦਾ ਕਰਨਾ ਹੋਵੇ ਤੁਸੀਂ ਸੌਦਾ ਕਰ ਸਕਦੇ ਹੋ। ਬਾਈਆਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਆਪਾਂ ਦੇ ਰਹੇ ਹਾਂ, ਇਹ ਬਾਈਆਂ ਦੇ ਨੰਬਰ ਨੇ ਪੀਲੇ ਅੱਖਰਾਂ ਦੇ ਵਿੱਚ ਜਿਹੜੇ ਤੁਹਾਨੂੰ ਸ਼ੋਅ ਹੋ ਰਹੇ ਨੇ। ਫੋਨ ਲਾ ਕੇ ਗੱਲਬਾਤ ਕਰਕੇ ਟਰੈਕਟਰ ਦੇ ਬਾਰੇ ਹੋਰ ਜਾਣਕਾਰੀ ਲੈ ਲਿਓ, ਸੌਦਾ ਕਰ ਲਿਓ। ਚੱਲਦੀ ਵੀਡੀਓ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ। ਬਾਕੀ ਖੇਤੀਬਾੜੀ ਦੇ ਤਹਿਤ ਆਪਾਂ ਥੋੜ੍ਹੇ ਟਾਈਮ ਤੱਕ ਜਿਹੜੇ ਚੈਨਲ ਦੇ ਉੱਪਰ ਵੀਡੀਓਜ਼ ਚਾਲੂ ਕਰਨ ਜਾ ਰਹੇ ਹਾਂ, ਸਾਰੀਆਂ ਜਾਣਕਾਰੀ ਦਿਆ ਕਰਾਂਗੇ ਜੀ ਖੇਤੀ ਦੇ ਰਿਲੇਟਡ ਇਸੇ ਚੈਨਲ 'ਤੇ। ਅਤੇ ਅੱਗੇ ਆ ਜਾਂਦਾ ਜੀ ਸੋਨਾਲੀਕਾ ਬਕਾਊ ਆ ਜੀ, 750, 2010 ਮਾਡਲ ਟਰੈਕਟਰ ਆ ਜੀ, ਹਰਿਆਣਾ ਨੰਬਰ ਆ, ਪਟਿਆਲੇ ਏਰੀਏ ਵਿੱਚ ਖੜ੍ਹਾ ਹੋਇਆ ਜੀ, ਹਰਿਆਣਾ ਨੰਬਰ ਆ, ਮਗਰਲੇ ਟਾਇਰ 90 ਪੈਸੇ ਆ, ਅਤੇ ਮੂਹਰਲੇ ਟਾਇਰ ਹੈਗੇ 45 ਪੈਸੇ, ਅਤੇ ਵਧੀਆ ਕੰਡੀਸ਼ਨ ਦੇ ਵਿੱਚ ਆ, ਸੀਲਡ ਟਰੈਕਟਰ ਆ ਪੂਰਾ। ਅਤੇ ਬਾਕੀ ਫਿਕਸ ਜਿਹਾ ਰੇਟ ਆ 2,95,000 ਜਿਹੜਾ ਮਾਲਕ ਵੀਰਾਂ ਵੱਲੋਂ ਮੰਗਿਆ ਗਿਆ ਵਾ। ਬਾਕੀ ਫੋਨ ਨੰਬਰ ਨੇ ਜਿਹੜੇ ਬਾਈਆਂ ਦੇ ਉਹ ਆਪਾਂ ਦੇ ਰਹੇ ਹਾਂ ਥੱਲੇ ਵੀਡੀਓ ਦੇ ਵਿੱਚ, ਆ ਪੀਲੇ ਅੱਖਰਾਂ ਦੇ ਵਿੱਚ ਜਿਹੜੇ ਨੰਬਰ ਨੇ ਇਹ ਮਾਲਕ ਵੀਰਾਂ ਦੇ ਨੰਬਰ ਨੇ, ਅਤੇ ਫੋਨ ਲਾ ਕੇ ਬਾਈਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਸੌਦਾ ਕਰ ਸਕਦੇ ਹੋ। ਜਿਨ੍ਹਾਂ ਨੂੰ ਟਰੈਕਟਰ ਵਧੀਆ ਲੱਗਦਾ ਹੋਵੇ, ਜਿਹੜੇ ਵੀਰ ਭਾਈ ਸੱਜਣ ਮਿੱਤਰ ਟਰੈਕਟਰ ਖਰੀਦਣਾ ਚਾਹੁੰਦੇ ਹੋਣ, ਮਾਲਕ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ। ਬਾਕੀ ਸਾਰੀ ਵੀਡੀਓ ਨੂੰ ਆਖਿਰ ਤੱਕ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ, ਅਸੀਂ ਤਹਿ ਦਿਲੋਂ ਸਾਰੇ ਵੀਰਾਂ ਦਾ ਜਿਹੜਾ ਧੰਨਵਾਦ ਕਰਨਾ ਚਾਹੁੰਦੇ ਹਾਂ। ਧੰਨਵਾਦ ਜੀ।